ਆਪਣੀ ਖੇਤੀ ਦੀ ਪੂਰੀ ਟੀਮ ਵੱਲੋਂ ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਣੀ ਖੇਤੀ ਦੀ ਟੀਮ ਪਹੁੰਚੀ ਹੋਈ ਹੈ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੁੱਲੋਵਾਲ ਦੇ ਵਿੱਚ, ਅਤੇ ਉੱਥੇ ਮੇਰੇ ਨਾਲ ਬੈਠੇ ਨੇ ਅੱਜ ਨੌਜਵਾਨ ਕਿਸਾਨ ਵੀਰ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਪਿਤਾ ਜੀ ਹਰਬੰਤ ਸਿੰਘ ਜੀ। ਸਤਨਾਮ ਸਿੰਘ ਜੀ ਬਾਰੇ ਮੈਂ ਤੁਹਾਨੂੰ ਅੱਜ ਦੱਸ ਦਿਆਂ ਕਿ ਕੰਪਿਊਟਰ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਨਾਲ ਨਾਲ ਇੱਕ ਖੇਤੀ ਦੇ ਵਿੱਚ ਕੁਛ ਨਵਾਂ ਕਰਨ ਦੀ ਸੋਚੀ, ਅਤੇ ਉਸੇ ਸੋਚ ਨੂੰ ਲੈ ਕੇ ਚੱਲਦਿਆਂ ਹੋਇਆਂ ਉਹਨਾਂ ਨੇ ਡਰੈਗਨ ਫਰੂਟ ਦੀ ਜਿਹੜੀ ਖੇਤੀ ਸ਼ੁਰੂ ਕੀਤੀ ਹੋਈ ਹੈ। ਤਾਂ ਡਰੈਗਨ ਫਰੂਟ ਦੇ ਨਾਲ ਜੁੜੀ ਸਾਰੀ ਜਾਣਕਾਰੀ ਅੱਜ ਉਹਨਾਂ ਤੋਂ ਆਪਾਂ ਲਵਾਂਗੇ, ਅਤੇ ਇਸ ਦੇ ਨਾਲ ਨਾਲ ਹੋਰ ਉਹ ਕੀ ਕਰਦੇ ਹਨ ਅਤੇ ਕਿਹੜੀ ਖੇਤੀ ਦੇ ਵਿੱਚ ਉਹਨਾਂ ਨੇ ਕੀ ਆਪਦਾ ਜਿਹੜਾ ਆਪਣੇ ਤਜਰਬੇ ਹੈ ਉਹ ਅੱਜ ਸਾਡੇ ਨਾਲ ਸ਼ੇਅਰ ਕਰਨਗੇ। ਅਤੇ ਸਭ ਤੋਂ ਪਹਿਲਾਂ ਮੈਂ ਸਤਨਾਮ ਸਿੰਘ ਜੀ ਤੁਹਾਡਾ ਸਵਾਗਤ ਕਰਦਾ ਜੀ ਆਪਣੀ ਖੇਤੀ ਟੀਮ ਦੇ ਨਾਲ। ਅਤੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਅਤੇ ਆਪਣੀ ਐਜੂਕੇਸ਼ਨ ਜਾਂ ਆਪਣੇ ਪਰਿਵਾਰ ਬਾਰੇ ਥੋੜ੍ਹੀ ਜਾਣਕਾਰੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਿੰਡ ਵਿਖੇ ਪਹੁੰਚੀ ਹੋਈ ਸਾਰੀ ਆਪਣੀ ਖੇਤੀ ਦੀ ਟੀਮ ਨੂੰ ਮੈਂ ਦਿਲੋਂ ਜੀਆਂ ਕਹਿਣਾ ਅਤੇ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਜੋ ਸਾਡੇ ਛੋਟੇ ਜਿਹੇ ਪਿੰਡ ਵਿਖੇ ਐਡੀ ਦੂਰੋਂ ਚੰਡੀਗੜ੍ਹ ਤੋਂ ਚੱਲ ਕੇ ਆਏ ਅਤੇ ਇੱਥੇ ਖੇਤੀਬਾੜੀ ਨੂੰ ਪ੍ਰਮੋਟ ਕਰ ਰਹੇ ਨੇ। ਮੈਂ ਹੈਗਾ ਸਤਨਾਮ ਸਿੰਘ, ਪਿੰਡ ਠੁੱਲੇਵਾਲ ਰਹਿਣ ਵਾਲਾ, ਅਤੇ ਮੇਰੇ ਨਾਲ ਬੈਠੇ ਨੇ ਮੇਰੇ ਫਾਦਰ ਸਾਹਿਬ, ਸਾਬਕਾ ਸਰਪੰਚ ਸਰਦਾਰ ਹਰਬੰਤ ਸਿੰਘ। ਸਤਨਾਮ ਸਿੰਘ ਜੀ, ਤੁਸੀਂ ਦੱਸਿਆ ਕਿ ਤੁਸੀਂ ਜਿਹੜੀ ਆ ਡਰੈਗਨ ਫਰੂਟ ਦੀ ਖੇਤੀ ਜਿਹੜੀ ਸ਼ੁਰੂ ਕੀਤੀ, ਤਾਂ ਪੰਜਾਬ ਦੇ ਜਿਹੜੇ ਹੁਣ ਅੱਜ ਕੱਲ੍ਹ ਦੇ ਜਿਹੜੇ ਕਿਸਾਨ ਹੈ ਉਹ ਇਸ ਜਿਹੜੀ ਖੇਤੀ ਹੈ ਇਹਦੇ ਬਾਰੇ ਉਹ ਨਹੀਂ ਜਾਣਦੇ, ਉਹਨਾਂ ਨੂੰ ਨਹੀਂ ਗਾਈਡੈਂਸ ਕਿ ਕਿਵੇਂ ਸ਼ੁਰੂ ਕਰੀਏ ਜਾਂ ਕਿਵੇਂ, ਪਰ ਤੁਸੀਂ ਇਸ ਖੇਤੀ ਵੱਲ ਕਿਉਂ ਮੁੜੇ? ਮੈਂ ਹਮੇਸ਼ਾ ਸੋਚਦਾ ਸੀ ਕਿ ਸਾਡਾ ਜਿਹੜਾ ਜ਼ਿਲ੍ਹਾ ਹੈ ਸਾਰਾ ਹੀ ਜ਼ਿਲ੍ਹਾ ਪਾਣੀ ਦਾ ਇੱਥੇ ਲੈਵਲ ਆ ਜਿਹੜਾ ਉਹ ਬਹੁਤ ਹੀ ਡੂੰਘਾ ਚੱਲਿਆ ਜਾ ਰਿਹਾ ਦਿਨੋਂ ਦਿਨ। ਅੱਜ 170 ਫੁੱਟ ਦੇ ਸਾਡਾ ਪਾਣੀ ਦਾ ਲੈਵਲ ਹੈ, ਅਤੇ ਮੈਂ ਹਮੇਸ਼ਾ ਹੀ ਇਸਦਾ ਬਦਲ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ ਇੰਟਰਨੈਟ ਦੇ ਉੱਤੇ। ਫਿਰ ਮੈਨੂੰ ਇੱਕ ਦਿਨ ਡਰੈਗਨ ਫਰੂਟ ਦੀ ਖੇਤੀ ਬਾਰੇ ਪਤਾ ਲੱਗਿਆ, ਤਾਂ ਮੈਂ ਉਸਦੀ ਰਿਸਰਚ ਕੀਤੀ। ਘੱਟੋ ਘੱਟ 1 ਸਾਲ ਪੂਰਾ ਇੰਟਰਨੈਟ ਦੇ ਉੱਤੇ ਮੈਂ ਇਸਦੀ ਬਾਇਓਡਾਟਾ ਚੈੱਕ ਕਰਦਾ ਰਿਹਾ ਵੀ ਇਹਨੂੰ ਕਿਹੜਾ ਇਨਵਾਇਰਮੈਂਟ ਚਾਹੀਦਾ। ਤਾਂ ਮੇਰੀ ਖੋਜ ਦੇ ਵਿੱਚ ਮੈਂ ਪਾਇਆ ਵੀ ਇਹ ਇੱਕ ਬਹੁਤ ਹੀ ਵਧੀਆ ਸੂਟੇਬਲ ਆ ਜਿਹੜੀ ਕਰੋਪ ਹੈ ਪੰਜਾਬ ਦੇ ਵਾਸਤੇ, ਪੰਜਾਬ ਦੇ ਕਿਸਾਨਾਂ ਵਾਸਤੇ, ਜਿੱਥੇ ਪਾਣੀ ਦੀ ਆਉਣ ਵਾਲੇ ਸਮੇਂ ਦੇ ਵਿੱਚ ਕਮੀ ਹੋ ਜਾਂਦੀ ਔਰ ਹੋ ਵੀ ਰਹੀ ਹੈ। ਔਰ ਜਿਸ ਤਰ੍ਹਾਂ ਹੁਣ ਕਈ ਇਲਾਕਿਆਂ ਦੇ ਵਿੱਚ ਤਾਂ ਖਾਰਾ ਪਾਣੀ ਹੈ, ਬਿਲਕੁਲ ਹੀ ਹੋਰ ਫਸਲ ਨਹੀਂ। ਚਲੋ ਸਾਡੇ ਪਾਣੀ ਹੈਗਾ ਫਿਰ ਵੀ ਵਧੀਆ ਹੈਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਲੈਵਲ ਡੂੰਘਾ ਹੋ ਜਾਣਾ, ਅਤੇ ਆਉਣ ਵਾਲੇ 10 ਸਾਲਾਂ ਦੇ ਵਿੱਚ ਸਾਨੂੰ ਪੂਰੀ ਉਮੀਦ ਆ ਵੀ ਖੇਤੀ ਜਿਹੜੀ ਜੀਰੀ ਝੋਨੇ ਦੀ ਖੇਤੀ ਆ ਬਿਲਕੁਲ ਹੀ ਬੰਦ ਹੋ ਜਾਣੀ, ਅਤੇ ਉਹਦੇ ਕਰਕੇ ਸਾਨੂੰ ਹੋਰ ਕਰੋਪ ਜਾਂ ਹਾਰਟੀਕਲਚਰ ਕਰੋਪ ਲਾਉਣੀਆਂ ਚਾਹੀਦੀਆਂ ਨੇ ਜਾਂ ਫਿਰ ਫੋਰੈਸਟੀ ਕਰੋਪ ਲਾਉਣੀਆਂ ਚਾਹੀਦੀਆਂ ਨੇ, ਅਤੇ ਉਹਦੇ ਵੱਲ ਜ਼ਰੂਰ ਕਿਸਾਨਾਂ ਨੂੰ ਰੁਝਾਨ ਕਰਨਾ ਚਾਹੀਦਾ। ਠੀਕ ਹੈ ਸਤਨਾਮ ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਜਿਹੜੀ 1 ਸਾਲ ਦੀ ਜਿਹੜੀ ਰਿਸਰਚ ਤੋਂ ਬਾਅਦ ਇਹ ਤੁਹਾਨੂੰ ਲੱਗਿਆ ਕਿ ਜਿਹੜੀ ਆਹ ਖੇਤੀ ਹੈ ਜਿਹੜਾ ਚੰਗਾ ਮੁਨਾਫਾ ਦੇ ਸਕਦੀ ਹੈ, ਘੱਟ ਪਾਣੀ ਦੀ ਜ਼ਰੂਰਤ ਹੈ, ਘੱਟ ਮਿਹਨਤ ਦੀ ਜ਼ਰੂਰਤ ਹੈ, ਅਤੇ ਜਿਹੜਾ ਇਹਦਾ ਰੇਟ ਵੀ ਚੰਗਾ ਮਿਲ ਜਾਂਦਾ ਹੈਗਾ, ਅਤੇ ਇਸ ਖੇਤੀ ਦੇ ਵਿੱਚ ਤੁਹਾਡੀ ਹੋਰ ਪਰਿਵਾਰ ਦੇ ਵਿੱਚੋਂ ਕਿਸ ਦੀ ਮਦਦ ਤੁਸੀਂ ਜਾਂ ਕਿਸ ਦੀ ਪ੍ਰੇਰਨਾ ਕਹਿ ਲਓ ਆਪਾਂ ਜਾਂ ਕਿਸ ਦੀ ਹੋਰ ਕਿਸ ਤੋਂ ਤੁਸੀਂ ਇਹਦੇ ਬਾਰੇ ਜਾਣਕਾਰੀ ਲੈਂਦੇ ਰਹੇ? ਦੇਖੋ ਜੀ, ਆਈਡੀਆ ਮੇਰਾ ਸੀਗਾ, ਪਰ ਫਿਰ ਮੈਂ ਘਰ ਦੱਸਿਆ, ਸਾਰੇ ਫਾਦਰ ਸਾਹਿਬ ਨੂੰ ਦੱਸਿਆ, ਮਾਤਾ ਜੀ ਨੂੰ ਦੱਸਿਆ, ਚਾਚਾ ਜੀ ਨੂੰ ਦੱਸਿਆ, ਅਤੇ ਆਪਣੇ ਚਾਚਾ ਜੀ ਦੇ ਛੋਟੇ ਬੇਟੇ ਜਸਵਿੰਦਰ ਸਿੰਘ ਉਹਨਾਂ ਨੂੰ ਵੀ ਦੱਸਿਆ, ਅਤੇ ਸਾਰਿਆਂ ਨੇ ਮੈਨੂੰ ਬਹੁਤ ਵਧੀਆ ਇਸ ਦੇ ਵਿੱਚ ਹੱਲਾਸ਼ੇਰੀ ਦਿੱਤੀ ਵੀ ਇਹ ਕਰੋਪ ਆਪਣੇ ਵਾਸਤੇ ਠੀਕ ਰਹੂਗੀ। ਅਤੇ ਹੁਣ ਮੇਰੇ ਚਾਚਾ ਜੀ ਨੇ ਭਿੰਦਰ ਸਿੰਘ ਉਹ ਵੀ ਡਰੈਗਨ ਫਰੂਟ ਦੀ ਖੇਤੀ ਕਰਨ ਨੂੰ ਤਿਆਰ ਹੋ ਗਏ ਨੇ ਅਗਲੇ ਸਾਲ। ਠੀਕ ਹੈ ਜੀ, ਅਤੇ ਪਰ ਇਸ ਦੇ ਵਿੱਚ ਮੇਰਾ ਸਭ ਤੋਂ ਵੱਡਾ ਯੋਗਦਾਨ ਮੇਰੇ ਫਾਦਰ ਸਾਹਿਬ ਹੀ ਦੇ ਰਹੇ ਨੇ, ਕਿਉਂਕਿ ਸਾਰੇ ਹਾਰਟੀਕਲਚਰ ਦੀ ਜਿੰਨੀ ਵੀ ਦੇਖਭਾਲ ਆ ਉਹਨਾਂ ਨੇ ਕਰਨੀ ਹੁੰਦੀ ਹੈ, ਕਿਉਂ ਮੇਰੇ ਕੋਲ ਝੋਨਾ ਵੀ ਬੀਜਿਆ ਹੋਇਆ, ਮੈਨੂੰ ਤਾਂ ਉੱਧਰੋਂ ਵੀ ਵਿਹਲ ਨਹੀਂ ਮਿਲਦੀ, ਸਾਰਾ ਝੋਨਾ ਦੇਖਣਾ ਪੈਂਦਾ, ਅਤੇ ਜ਼ਿਆਦਾਤਰ ਜਿਹੜੀ ਦੇਖਭਾਲ ਹੈ ਬਾਗ ਦੀ ਉਹ ਫਾਦਰ ਸਾਹਿਬ ਹੀ ਕਰਦੇ। ਜਿਵੇਂ ਤੁਸੀਂ ਦੱਸਿਆ ਕਿ ਸਾਰਿਆਂ ਨਾਲ ਜਿਹੜੀ ਵੱਡੀ ਪ੍ਰੇਰਨਾ ਹੁੰਦੀ ਹੈ ਉਹ ਆਪਣੇ ਮਾਂ ਪਿਓ ਦੀ ਹੁੰਦੀ ਹੈ ਜੀ, ਤਾਂ ਮੈਂ ਹਰਬੰਤ ਸਿੰਘ ਜੀ ਨੂੰ ਪੁੱਛਣਾ ਚਾਹੂੰਗਾ ਕਿ ਤੁਸੀਂ ਇਹਨਾਂ ਦੀ ਇਸ ਖੇਤੀ ਦੇ ਵਿੱਚ ਕਿਵੇਂ ਮਦਦ ਕਰਦੇ ਹੋ ਜੀ? ਜਦੋਂ ਮੈਨੂੰ ਪਤਾ ਲੱਗਿਆ ਜੀ ਇਸ ਬਾਰੇ ਡਰੈਗਨ ਫਰੂਟ ਬਾਰੇ, ਤਾਂ ਮੈਂ ਫਿਰ ਇਹਨਾਂ ਨੂੰ ਹੱਲਾਸ਼ੇਰੀ ਦੇ ਕੇ, ਜੋ ਕਿ ਇਹ ਇੱਕ ਚੀਨ ਦਾ ਫਲ ਹੈਗਾ, ਉਹ ਗੁਜਰਾਤ ਦੇ ਵਿੱਚ ਕੋਈ ਲੈ ਕੇ ਆਇਆ ਇਹਨੂੰ, ਉਸਦੇ 15-20 ਏਕੜ ਲਗਾਏ ਹੋਏ ਨੇ, ਅਤੇ ਮੈਨੂੰ ਫੋਟੋਆਂ ਵਗੈਰਾ ਦਿਖਾਈਆਂ ਇਹਨਾਂ ਨੇ ਮੋਬਾਈਲ ਦੇ ਉੱਪਰ। ਫਿਰ ਮੈਂ ਇਹਨਾਂ ਨੂੰ ਇਹ ਕਹਿ ਦਿੱਤਾ ਵੀ ਜੋ ਵੀ ਖਰਚ ਹੁੰਦਾ ਇਹ 'ਤੇ, 1 ਲੱਖ ਹੁੰਦਾ ਜਾਂ 50,000 ਹੁੰਦਾ, ਵੀ ਕਰੋ ਕਰਕੇ ਦੇਖੋ, ਜੇ ਆਪਾਂ ਕਰਾਂਗੇ ਫਿਰ ਹੀ ਅੱਗੇ ਵਧਾਂਗੇ। ਮੈਨੂੰ ਇਹਦੇ 'ਚ ਕਾਫੀ ਬੈਨੀਫਿਟ ਲੱਗਿਆ ਆਰਥਿਕ ਪੱਖੋਂ ਵੀ, ਅਤੇ ਜੋ ਸਾਡਾ ਪਾਣੀ ਦਾ ਲੈਵਲ ਜਾਂਦਾ, ਪਾਣੀ ਵੀ ਘੱਟ ਲੈ ਰਹੀ ਹੈ ਫਸਲ, ਮੈਂ ਇਹਦੀ ਹਰ ਟਾਈਮ 1 ਸਾਲ ਤੋਂ ਲੈ ਕੇ ਲਗਾਤਾਰ
ਡਰੈਗਨ ਫਰੂਟ ਦੀ ਆ ਜਿਹੜੀ ਬੂਟਿਆਂ ਦੀ ਮੈਂ ਦੇਖਭਾਲ ਕਰ ਰਿਹਾ ਗਾ। ਮੈਨੂੰ ਪਤਾ ਲੱਗਦਾ ਗਾ ਜਦੋਂ ਮੈਂ ਇਹਦੇ ਵਿੱਚ ਦੇਖਦਾ ਗਾ ਕੁਛ ਮੇਰੇ ਬੂਟੇ ਬਿਲਕੁਲ ਹੀ ਪਾਣੀ ਤੋਂ ਰਹਿਤ ਨੇ ਅੱਜ ਤੱਕ, ਜਿਨ੍ਹਾਂ ਨੂੰ ਪਾਣੀ ਲੱਗਿਆ ਉਹ ਵੀ ਹਰੇ ਖੜੇ ਆ। ਇਸ ਕਰਕੇ ਫਲ ਵੀ ਆ ਗਿਆ ਇਹਦੇ ਉੱਪਰ। ਸਾਨੂੰ ਉਮੀਦ ਹੈ ਕਿ ਅਸੀਂ ਜਿਵੇਂ ਵੀ ਇੰਟਰਨੈੱਟ 'ਤੇ ਜਾਣਕਾਰੀ ਸੀ ਨੇ ਦੱਸਿਆ ਸੀ ਵੀ ਇੱਕ ਸਾਲ ਦੇ ਵਿੱਚ ਫਲ ਆਉਣਾ ਸ਼ੁਰੂ ਹੋਵੇਗਾ, ਉਹ ਵੀ ਆ ਗਿਆ ਅਤੇ ਹੋਰ ਵੀ ਆ ਰਿਹਾ। ਅਤੇ ਮੈਨੂੰ ਉਮੀਦ ਆ ਵੀ ਇਹ ਘੱਟੋ ਘੱਟ 10 ਲੱਖ ਰੁਪਇਆ ਏਕੜ ਦੀ ਇਹ ਸਾਨੂੰ ਇਨਕਮ ਦੇਵੇਗਾ, ਮੈਨੂੰ ਉਮੀਦ ਹੈ। ਇਸ ਤੋਂ ਇਲਾਵਾ ਤੁਸੀਂ ਹੋਰ ਵੀ ਕਿਸੇ ਚੀਜ਼ ਦੀ ਫਾਰਮਿੰਗ ਆਪਣੇ ਫਾਰਮ ਦੇ ਵਿੱਚ ਕਰਦੇ ਹੋ ਜੀ? ਹਾਂਜੀ ਹਾਂ ਜੀ, ਇੱਕ ਚੰਦਨ ਦੇ ਪਲਾਂਟ ਲਗਾਏ ਹੋਏ ਨੇ। 200 ਪਲਾਂਟ ਚੰਦਨ ਦੇ ਲਗਾਏ ਹੋਏ ਨੇ, 200 ਪਲਾਂਟ ਨਿੰਬੂਆਂ ਦੇ ਲਗਾਏ ਹੋਏ ਨੇ। ਚੰਦਨ ਦੀਆਂ 2 ਵਰਾਇਟੀਆਂ ਨੇ, ਇੱਕ ਸਫੈਦ ਚੰਦਨ ਹੈ, ਇੱਕ ਲਾਲ ਚੰਦਨ ਹੈ। ਲਾਲ ਚੰਦਨ ਹਜੇ ਲਗਾਉਣ ਵਾਲਾ ਰਹਿੰਦਾ, ਉਹਦਾ ਸਾਨੂੰ ਪਲਾਂਟ ਅਵੇਲੇਬਲ ਨਹੀਂ ਹੋ ਪਾਇਆ ਪੰਜਾਬ ਦੇ ਵਿੱਚੋਂ। ਪਰ ਇਹ ਜਿਹੜਾ ਸਫੈਦ ਚੰਦਨ ਆ, ਸੈਂਟਾਲਮ ਐਲਬਮ ਕਹਿੰਦੇ ਹਨ ਇੰਗਲਿਸ਼ ਦੇ ਵਿੱਚ, ਇਹ ਹੈਮੇਪੈਰਾਸਾਈਟ ਪਲਾਂਟ ਹੈਗਾ। ਇਸਦੀ ਹੈਮੇਪੈਰਾਸਾਈਟ ਮਤਲਬ ਜਿਹੜਾ ਕਿਸੇ ਦੂਜੇ 'ਤੇ ਡਿਪੈਂਡੈਂਟ ਹੁੰਦਾ, ਕੁਛ ਪਰਸੈਂਟ ਅਰਧ ਹੈਮੇਪੈਰਾਸਾਈਟ ਹੈ, ਅੱਧੀ ਖੁਰਾਕ ਕਿਸੇ ਹੋਰ ਪੌਦੇ ਤੋਂ ਲੈਂਦਾ। ਉਹਦੇ ਕਰਕੇ ਅਸੀਂ ਨਿੰਬੂਆਂ ਦੇ ਪੌਦੇ ਲਗਾਏ ਨੇ ਇਹਦੇ ਨਾਲ। ਠੀਕ ਹੈ ਜੀ। ਅਤੇ ਹੋਸਟ ਪਲਾਂਟ ਆ ਜਿਹੜਾ, ਉਹ ਇਹਨੂੰ ਤਾਕਤ ਦੇਗਾ ਅਤੇ ਇਹਦੀ ਵਧੀਆ ਗਰੋਥ ਵਧੀਆ ਕਰੇਗਾ। ਜਿਵੇਂ ਇੱਕ ਇਹ ਵੀ ਤੁਹਾਡੀ ਇੱਕ ਨਵੀਂ ਸੋਚ ਸੀਗੀ ਕਿ ਇੱਕ ਵੱਖਰੇ ਤਰੀਕੇ ਦੀ ਜਿਹੜੀ ਦੂਸਰੀ ਕੋਸ਼ਿਸ਼ ਤੁਸੀਂ ਦੱਸੀ ਚੰਦਨ ਦੀ ਖੇਤੀ ਬਾਰੇ, ਚੰਦਨ ਦੀ ਖੇਤੀ ਬਾਰੇ ਜਾਣਕਾਰੀ ਤੁਹਾਡੇ ਤੋਂ ਲਵਾਂਗੇ। ਤਾਂ ਪਹਿਲਾਂ ਆਪਾਂ ਗੱਲ ਕਰਾਂਗੇ ਡਰੈਗਨ ਫਰੂਟ ਬਾਰੇ, ਠੀਕ ਹੈ? ਹੋਰ ਜਿਹੜੇ ਕਿਸਾਨ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡੇ ਚਾਚਾ ਜੀ ਇਸ ਨੂੰ ਅੱਗੇ ਲਗਾ ਰਹੇ ਹਨ, ਤਾਂ ਹੋਰ ਕਿਸਾਨਾਂ ਲਈ ਵੀ ਤੁਸੀਂ ਇੱਕ ਜਿਹੜੀ ਮਿਸਾਲ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਤਾਂ ਹੁਣ ਜਿਹੜੇ ਕਿਸਾਨ ਵੀਰ ਹੋਰ ਜਿਹੜੇ ਅੱਗੇ ਡਰੈਗਨ ਫਰੂਟ ਦੀ ਖੇਤੀ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਇਸ ਫਰੂਟ ਬਾਰੇ ਜਾਣਕਾਰੀ ਦਿਓ ਕਿ ਉਹਦਾ ਪਲਾਂਟ ਜਿਹੜਾ ਕਿੱਥੋਂ ਮਿਲਦਾ ਹੈਗਾ ਅਤੇ ਆਪਾਂ ਨੂੰ ਕੀ ਬਿਜਾਈ ਦਾ ਜਾਂ ਢੰਗ ਹੈ ਜਾਂ ਕਿਵੇਂ ਸਟਾਰਟ ਕੀਤੀ ਜਾ ਸਕਦੀ ਖੇਤੀ। ਡਰੈਗਨ ਫਰੂਟ ਦੇ ਵਾਸਤੇ ਇੱਕ ਤਾਂ ਸਾਨੂੰ ਸਟਰਕਚਰ ਬਣਾਉਣਾ ਪੈਂਦਾ ਸੀਮੈਂਟ ਦਾ, ਉਹ ਸਟਰਕਚਰ ਬਹੁਤ ਜ਼ਰੂਰੀ ਹੈ ਕਿਉਂਕਿ ਖੁਦ ਦਾ ਸਹਾਰਾ ਨਹੀਂ ਹੁੰਦਾ ਇਸਦਾ ਬੇਲ ਦਾ। ਇਸ ਨੂੰ ਸਹਾਰਾ ਦੇਣ ਵਾਸਤੇ ਸਾਨੂੰ ਇੱਕ RCC ਸਟਰਕਚਰ ਦੀ ਲੋੜ ਪੈਂਦੀ ਹੈ, ਜਿਹਦਾ ਵਿੱਚ ਇੱਕ ਏਕੜ ਦੇ ਵਿੱਚ ਘੱਟ ਤੋਂ ਘੱਟ 400 ਬੋਰ ਲੱਗਦਾ ਅਤੇ 400 ਟੋਪ ਲੱਗਦਾ। ਇੱਕ ਟੋਪ ਦੇ ਉੱਤੇ ਸਾਡਾ ਘੱਟ ਤੋਂ ਘੱਟ 250 ਰੁਪਈਆ ਖਰਚਾ ਆਏਗਾ ਜੇ ਅਸੀਂ ਖੁਦ ਬਣਾਉਂਦੇ ਹਾਂ ਆਪਣੇ ਖੇਤ ਦੇ ਵਿੱਚ। ਜੇਕਰ ਅਸੀਂ ਕਿਸੇ ਫੈਕਟਰੀ ਤੋਂ ਲੈਂਦੇ ਹਾਂ ਤਾਂ 300-400 ਤੱਕ ਖਰਚਾ ਆਏਗਾ, ਅਤੇ ਉਹਦੇ ਨਾਲੋਂ ਬਿਹਤਰ ਆ ਵੀ ਅਸੀਂ ਵਧੀਆ ਚੀਜ਼ ਆਪਦੇ ਕੋਲ ਘਰ ਬਣਾਈਏ, ਖੇਤ ਬਣਾਈਏ, ਮਿਸਤਰੀ ਲਾ ਕੇ ਬਣਾਈਏ ਚਾਹੇ ਖੁਦ ਬਣਾਈਏ। ਅਤੇ ਉਸ ਤੋਂ ਬਾਅਦ ਰਹੀ ਗੱਲ ਪਲਾਂਟ ਦੀ, ਪਲਾਂਟ ਮੈਂ ਗੁਜਰਾਤ ਤੋਂ ਕੱਛ ਤੋਂ ਵਿਸ਼ਾਲ ਜੀ ਕੋਲੋਂ ਲੈ ਕੇ ਆਇਆ ਸੀ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜਿਹੜੇ ਬਾਹਰਲੇ ਮੁਲਕ ਤੋਂ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਇੱਥੇ ਸਾਡੇ ਇੰਡੀਆ ਦੇ ਵਿੱਚ ਫਸਲ ਨੂੰ ਲੈ ਕੇ ਆਏ, ਉਹਨਾਂ ਕੋਲ ਬਹੁਤ ਵਧੀਆ ਵਰਾਇਟੀਆਂ ਨੇ। ਇਸ ਦੀਆਂ 2 ਕਿਸਮਾਂ ਨੇ, ਇੱਕ ਹੈਗਾ ਵਿੱਚੋਂ ਦੋਵੇਂ ਹੀ ਰੈੱਡ ਨੇ, ਸੋਰੀ ਉੱਪਰ ਤੋਂ ਦੋਨੇ ਹੀ ਰੈੱਡ ਨੇ ਡਰੈਗਨ ਫਰੂਟ, ਵਿੱਚੋਂ ਇੱਕ ਚਿੱਟਾ, ਇੱਕ ਦਾ ਕਲਰ ਲਾਲ ਹੈ, ਇੱਕ ਦੀ ਫਲੈਸ਼ ਲਾਲ ਹੈ ਅਤੇ ਇੱਕ ਦੀ ਫਲੈਸ਼ ਹੈਗੀ ਵਾਈਟ। ਇਹ ਕਾਫੀ ਰਿਚ ਵਿਟਾਮਿਨ ਫਰੂਟ ਹੈਗਾ, ਇਸ ਦੇ ਵਿੱਚ ਐਂਟੀ ਆਕਸੀਡੈਂਟ ਦੀ ਮਾਤਰਾ ਜਿਹੜੀ ਉਹ ਕਾਫੀ ਜ਼ਿਆਦਾ ਹੈ, ਜਿਹੜੀ ਕੈਂਸਰ ਨੂੰ ਰੋਕਦੀ ਹੈ, ਡੇਂਗੂ ਬੁਖਾਰ ਨੂੰ ਰੋਕਦੀ ਹੈ, ਲੋਅ ਬਲੱਡ ਪ੍ਰੈਸ਼ਰ, ਹਾਈ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਦੀ ਸਮੱਸਿਆ, ਕਾਫੀ ਸਾਰੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਨੇ, ਉਹਨਾਂ ਬਿਮਾਰੀਆਂ ਦੇ ਵਿੱਚ ਜਿਹੜੇ ਡਾਕਟਰ ਨੇ ਸਲਾਹ ਦਿੰਦੇ ਨੇ ਵੀ ਇਹ ਡਰੈਗਨ ਫਰੂਟ ਜ਼ਰੂਰ ਖਾਓ, ਕਿਉਂਕਿ ਐਂਟੀ ਆਕਸੀਡੈਂਟ ਫਰੂਟ ਹੋਣ ਦੇ ਕਾਰਨ ਰਿਚ ਵਿਟਾਮਿਨ ਫਰੂਟ ਦਾ ਨਾਂ ਵੀ ਦਿੱਤਾ ਹੈ। ਅਤੇ ਗੁਜਰਾਤ ਦੇ ਵਿੱਚ ਅਸੀਂ ਵਿਸ਼ਾਲ ਜੀ ਕੋਲ ਗਏ ਅਤੇ ਉੱਥੋਂ ਘੱਟ ਤੋਂ ਘੱਟ ਇੱਕ ਪਲਾਂਟ ਸਾਨੂੰ 50 ਰੁਪਏ ਦਾ ਪਿਆ। ਅਤੇ ਹੁਣ ਅਸੀਂ ਆਪਣਾ ਅੱਗੇ ਜਿਹੜਾ ਖੇਤ ਲਗਾਉਣਾ 2-3 ਏਕੜ ਦੀ ਸਾਡੀ ਅੱਗੇ ਪਲੈਨਿੰਗ ਹੈਗੀ ਆ ਡਰੈਗਨ ਫਰੂਟ ਲਗਾਉਣ ਦੀ, ਉਹ ਅਸੀਂ ਖੁਦ ਹੀ ਤਿਆਰ ਕਰ ਸਕਦੇ ਹਾਂ, ਹੁਣ ਅੱਗੇ ਤੋਂ ਸਾਨੂੰ ਮੁੱਲ ਲਿਆਉਣ ਦੀ ਲੋੜ ਨਹੀਂ। ਠੀਕ ਹੈ, ਜਿਹੜੇ ਪਲਾਂਟ ਨੇ ਇਹਨਾਂ ਪਲਾਂਟ ਤੋਂ ਹੀ ਅਸੀਂ ਇਹਦੀ ਕਟਿੰਗ ਲਗਾ ਦਿੰਦੇ ਹਾਂ, 12 ਇੰਚ ਦੀ ਕਟਿੰਗ ਘੱਟੋ ਘੱਟ ਚਾਹੀਦੀ ਹੈ ਸਾਨੂੰ, ਜਿਹੜੀ ਉਹ ਫਿਰ ਵੈਲ ਗਰੋਥ ਕਰਦੀ ਹੈ। ਜੇਕਰ ਅਸੀਂ 12 ਇੰਚ ਤੋਂ ਛੋਟੀ ਕਟਿੰਗ ਲਗਾਉਂਦੇ ਹਾਂ ਤਾਂ ਉਹਦੀ ਗਰੋਥ ਆ ਜਿਹੜੀ ਬਹੁਤ ਸਲੋ ਹੋ ਜਾਂਦੀ ਹੈ, ਇਸ ਕਰਕੇ ਘੱਟ ਤੋਂ ਘੱਟ 12 ਇੰਚ ਦੀ ਕਟਿੰਗ ਜਿਹੜੀ ਉਹ ਅਸੀਂ ਆਪਣੇ ਨਰਸਰੀ ਦੇ ਵਿੱਚ ਲਗਾਉਂਦੇ ਹਾਂ। ਠੀਕ ਹੈ ਜੀ। ਅਤੇ ਇਸਨੂੰ ਲਾਉਣ ਲਈ ਤੁਹਾਨੂੰ ਕੋਈ ਸਪੈਸ਼ਲ ਮਸ਼ੀਨਰੀ ਦੀ ਲੋੜ ਪੈਂਦੀ ਹੈ ਜਾਂ ਸਿਰਫ ਮਿਹਨਤ ਦੀ ਲੋੜ ਹੈ, ਜਾਂ ਕਿੰਨੀ ਕੁ ਲੇਬਰ ਇਹਦੇ ਵਾਸਤੇ ਚਾਹੀਦੀ ਹੈ ਜੀ ਆਪਾਂ ਨੂੰ? ਸਭ ਤੋਂ ਘੱਟ ਜਿਹੜੀ ਪਲਾਂਟਿੰਗ ਦੀ ਕੋਸਟ ਆਉਂਦੀ ਹੈ, ਕੋਈ ਜ਼ਿਆਦਾ ਮਸ਼ੀਨਰੀ ਦੀ ਲੋੜ ਨਹੀਂ, ਕਿਉਂਕਿ 10x10 ਦੇ ਉੱਤੇ ਲੱਗਦੇ ਨੇ, ਜਾਂ ਅਸੀਂ 12x12 'ਤੇ ਵੀ ਲਗਾ ਸਕਦੇ ਹਾਂ, ਜਾਂ 10x12 'ਤੇ, 7.5x12 'ਤੇ ਜਿਵੇਂ ਵੀ ਸਾਨੂੰ ਠੀਕ ਲੱਗਦਾ ਉਸ ਤਰ੍ਹਾਂ ਲਗਾ ਸਕਦੇ ਹਾਂ, ਜ਼ਿਆਦਾ ਮਿਹਨਤ ਦੀ ਲੋੜ ਨਹੀਂ, ਇੱਕ ਵਾਰੀ ਲਗਾ ਦਿਉ ਅਤੇ ਉਸ ਤੋਂ ਬਾਅਦ 15 ਸਾਲ ਦੀ ਮੌਜਦਾਰੀ ਹੈ, ਫਾਲੀ ਤੋੜਨਾ ਬਸ। ਠੀਕ ਹੈ। ਅਤੇ ਇਹਨੂੰ ਕਿੰਨੇ ਟਾਈਮ ਦੇ ਵਿੱਚ ਮੁਨਾਫਾ ਦੇਣਾ ਸ਼ੁਰੂ ਕਰ ਦਿੰਦਾ ਹੈ ਜੀ? ਇਹ ਘੱਟ ਤੋਂ ਘੱਟ ਹੀ 2 ਸਾਲ ਸਾਨੂੰ ਮੁਨਾਫਾ ਦੇਗਾ, ਇਸ ਵਾਰ ਫਲ ਤਾਂ ਆ ਗਿਆ ਪਰ 20-50 ਪੀਸ ਆ ਜਾਣਗੇ 100 ਬੋਲ ਦੇ ਉੱਤੇ, ਸਾਨੂੰ ਉਮੀਦ ਹੈ। ਠੀਕ ਹੈ।
ਪਰ ਜੇਕਰ ਹੁਣ ਫਾਰਮਿੰਗ ਦੇ ਦੌਰਾਨ ਇਹਦੀ ਸਾਂਭ ਸੰਭਾਲ ਦੇ ਦੌਰਾਨ ਜਾਂ ਇਹਦੇ ਜਿਹੜੀਆਂ ਰੈਗੂਲਰ ਆਪਾਂ ਨੂੰ ਜਿਹੜਾ ਚੈੱਕ ਕਰਨਾ ਪੈਂਦਾ, ਉਹਦੇ ਵਿੱਚ ਜੇ ਤੁਹਾਨੂੰ ਕੋਈ ਸਮੱਸਿਆ ਆ ਜਾਂਦੀ ਹੈ ਤਾਂ ਤੁਸੀਂ ਉਹ ਕਿੰਨਾ ਤੋਂ ਕਿਹਦੀ ਹੈਲਪ ਕਰਦੇ ਹੋ? ਜੇਕਰ ਕੋਈ ਜ਼ਿਆਦਾ ਸਮੱਸਿਆ ਆਉਂਦੀ ਹੈ ਤਾਂ ਅਸੀਂ ਗੁਜਰਾਤ ਦੇ ਵਿੱਚ ਵਿਸ਼ਾਲ ਜੀ ਤੋਂ ਸਲਾਹ ਲੈਂਦੇ ਹਾਂ, ਜਿੱਥੋਂ ਮੈਂ ਪਲਾਂਟ ਲੈ ਕੇ ਆਇਆ ਸੀ। ਉਹਨਾਂ ਦਾ 15 ਏਕੜ ਦਾ ਫਾਰਮ ਹੈ। ਉਸ ਸਮੇਂ ਜਿਸ ਸਮੇਂ ਮੈਂ ਗਿਆ ਸੀ, ਥੋੜ੍ਹਾ ਜਿਹਾ ਫਾਰਮ ਉਹਨਾਂ ਦਾ ਚੱਲ ਰਿਹਾ ਸੀ, ਅਸੀਂ ਫਰੂਟ ਵੀ ਖਾਧਾ ਉੱਥੇ। ਡਰੈਗਨ ਫਰੂਟ ਨੂੰ ਜੇ ਅਸੀਂ ਕਹਿ ਲਈਏ ਵੀ ਬਿਮਾਰੀਆਂ ਤਾਂ ਹਰ ਇੱਕ ਫਸਲ ਨੂੰ ਲੱਗਦੀਆਂ ਨੇ, ਪਰ ਇਸ ਨੂੰ ਬਹੁਤ ਹੀ ਆਮ ਫਸਲਾਂ ਦੇ ਮੁਕਾਬਲੇ ਬਹੁਤ ਘੱਟ ਬਿਮਾਰੀਆਂ ਲੱਗਦੀਆਂ ਨੇ। ਸਰਦੀਆਂ ਦੇ ਵਿੱਚ ਥੋੜ੍ਹੀ ਫੰਗਸ ਦੀ ਜ਼ਰੂਰ ਪ੍ਰੋਬਲਮ ਆ ਜਾਂਦੀ ਹੈ, ਕਿਉਂ ਉਦੋਂ ਤਰੇਲ ਪੈਂਦੀ ਹੈ, ਤਰੇਲ ਇਸਦੇ ਉੱਪਰ ਖੜ੍ਹ ਜਾਂਦੀ ਹੈ, ਉਹਦੇ ਕਾਰਨ ਥੋੜ੍ਹੀ ਫੰਗਸ ਦੀ ਪ੍ਰੋਬਲਮ ਜ਼ਰੂਰ ਦੇਖਣ ਨੂੰ ਮਿਲੀ ਹੈ ਸਰਦੀਆਂ ਦੇ ਵਿੱਚ। ਪਰ ਉਹ ਉਹਨਾਂ ਪਲਾਂਟਸ 'ਤੇ ਮਿਲੀ ਆ ਜਿਹੜੇ ਥੋੜ੍ਹੇ ਕਮਜ਼ੋਰ ਸੀ। ਜਦੋਂ ਪਲਾਂਟ ਦੀ ਗਰੋਥ ਚੰਗੀ ਹੋ ਗਈ, ਉਹਨਾਂ ਦੀ ਸਹਿਣ ਸ਼ਕਤੀ ਚਲੀ ਗਈ, ਵਧੀਆ ਹੋ ਗਈ, ਫਿਰ ਉਹ ਫੰਗਸ ਦੀ ਪ੍ਰੋਬਲਮ ਵੀ ਚਲੀ ਗਈ। ਜਿਹੜੇ ਆਉਂਦੀ ਆ ਆਪਣੀ ਸਮੱਸਿਆ ਆਉਂਦੀ ਹੈ ਇੱਕ ਆਮ ਤੌਰ 'ਤੇ ਬਾਗਾਂ ਦੇ ਵਿੱਚ ਸਿਉਂਕ ਦੀ, ਸਿਉਂਕ ਤੋਂ ਅਸੀਂ ਕਲੋਰੋਪੈਰੀਫਾਸ ਪਾਉਣ ਤੋਂ ਪਰਹੇਜ਼ ਕੀਤਾ, ਕਿਉਂਕਿ ਫਿਰ ਉਹਨੇ ਮਿੱਤਰ ਕੀੜੇ ਮਾਰ ਦੇਣੇ ਨੇ, ਸਾਡੇ ਸਾਰਾ ਸਰਕਲ ਟੁੱਟ ਜਾਣਾ। ਜਿਹੜੇ ਮਿੱਤਰ ਕੀੜੇ ਨੇ ਸਾਨੂੰ 24 ਘੰਟੇ ਧਰਤੀ ਦੇ ਵਿੱਚ ਨਾਈਟ੍ਰੋਜਨ ਫਿਕਸ ਕਰਦੇ ਰਹਿੰਦੇ ਨੇ ਅਤੇ ਹੋਰ ਵੀ ਨਿਊਟ੍ਰੀਸ਼ਨ ਦਿੰਦੇ ਨੇ ਪੌਦਿਆਂ ਨੂੰ ਜਿਹੜੇ ਚਾਹੀਦੇ ਨੇ। ਇਸ ਲਈ ਅਸੀਂ ਕੋਰੋਜਨ ਦਵਾਈ ਆਉਂਦੀ ਹੈ ਇੱਕ ਸਿਉਂਕ ਤੋਂ, ਉਹਦੀ ਯੂਜ਼ ਕੀਤੀ, ਉਹਦੇ ਨਾਲ ਮੱਕੜੀ ਨਹੀਂ ਮਰਦੀ ਅਤੇ ਵਰਮ ਵੀ ਨਹੀਂ ਮਰਦੇ। ਸਤਨਾਮ ਜੀ, ਤੁਸੀਂ ਦੱਸਿਆ ਕਿ ਇਹਨੂੰ ਜਿਹੜਾ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹਦੇ ਲਈ ਸਿੰਚਾਈ ਇਹਨੂੰ ਜਿਹੜਾ ਹੈਗਾ ਮੀਂਹ ਦੇ ਪਾਣੀ ਦੇ ਨਾਲ ਹੀ ਆਪਾਂ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਕਿਵੇਂ ਦੇ ਸਕਦੇ ਹਾਂ ਜੀ? ਇਹਨੂੰ ਬਹੁਤ ਹੀ ਘੱਟ ਪਾਣੀ ਦੀ ਲੋੜ ਹੁੰਦੀ ਹੈ। ਪਹਿਲੀ ਗੱਲ ਤਾਂ ਇਹ ਲੱਗਦਾ ਹੀ ਕਾਫੀ ਦੂਰੀ 'ਤੇ ਹੈ, 10x12 'ਤੇ ਲੱਗਣਾ ਹੈ, ਅਤੇ ਜੇ ਅਸੀਂ ਤੋਕਾ ਸਿੰਚਾਈ ਲਗਾ ਲਈਏ, ਡ੍ਰਿਪ ਇਰੀਗੇਸ਼ਨ ਲਗਾ ਲਈਏ ਤਾਂ ਬਹੁਤ ਹੀ ਜ਼ਿਆਦਾ ਪਾਣੀ ਦੀ ਬੱਚਤ ਹੋ ਜਾਏਗੀ। ਅਤੇ ਹੁਣ ਅਸੀਂ ਫਿਲਹਾਲ ਤਾਂ ਡਰੇਨੇਜ ਏਰੀਏ ਇਰੀਗੇਸ਼ਨ ਕਰ ਰਹੇ ਹਾਂ, ਕਿਉਂਕਿ ਹਲੇ ਅਸੀਂ ਫਾਈਲ ਭਰੀ ਹੋਈ ਹੈ, ਹਾਰਟੀਕਲਚਰ ਵਿਭਾਗ ਨੂੰ ਦਿੱਤੀ ਹੋਈ ਹੈ, ਅਤੇ ਉਹ ਸਬਸਿਡੀ ਦਾ ਜੋ ਪ੍ਰੋਸੈਸ ਹੁੰਦਾ ਗਾ ਉਹ ਪੂਰਾ ਕਰਕੇ ਦੇਣਗੇ। ਜਿੱਦਾਂ ਕੋਈ ਗੌਰਮੈਂਟ ਨੇ ਫੰਡ ਪਾ ਦਾ, ਉਹਨਾਂ ਨੂੰ ਫਿਰ ਡ੍ਰਿਪ ਇਰੀਗੇਸ਼ਨ ਲਾ ਕੇ ਜਾਣਗੇ ਉਹ, ਅਤੇ 80% ਤੱਕ ਸਬਸਿਡੀ ਵੀ ਆ ਡ੍ਰਿਪ ਇਰੀਗੇਸ਼ਨ 'ਤੇ ਅਸੀਂ ਲਗਾ ਸਕਦੇ ਹਾਂ ਪੂਰੇ ਗਾਉਂਦੇ। ਅਤੇ ਉਹਨਾਂ ਚਿਰ ਅਸੀਂ ਡਰੇਨ ਏਰੀਏ ਡਰੇਨ ਇਰੀਗੇਸ਼ਨ ਕਰ ਰਹੇ ਹਾਂ। ਠੀਕ ਹੈ, ਪਾਣੀ ਦੀ ਬਹੁਤ ਹੀ ਘੱਟ ਲੋੜ ਪੈਂਦੀ ਹੈ। ਠੀਕ ਹੈ, ਅਤੇ ਜੇਕਰ ਆਪਾਂ ਇਹਦੀ ਗੱਲ ਕਰੀਏ ਮੰਡੀਕਰਨ ਦੀ, ਤਾਂ ਇਹਦਾ ਜਿਹੜਾ ਕਿੱਥੇ ਇਹਨੂੰ ਆਪਾਂ ਵੇਚ ਸਕਦੇ ਹਾਂ, ਜਾਂ ਇਹਦੀ ਕਿੱਥੇ ਆਪਾਂ ਅੱਗੇ ਇਹਦੀ ਹੋਰ ਕੋਈ ਪ੍ਰੋਸੈਸਿੰਗ ਹੁੰਦੀ ਹੈ, ਜਾਂ ਕਿੱਥੇ ਕਿੱਥੇ ਆਪਾਂ ਨੂੰ ਇਹ ਸੇਲ ਹੁੰਦਾ ਜੀ? ਦੇਖੋ, ਹਮੇਸ਼ਾ ਇਹ ਦੇਖਿਆ ਗਿਆ ਕਿ ਜਿਹੜੀ ਕੁਆਲਿਟੀ ਦੀ ਚੀਜ਼ ਹੈ ਉਸਦੀ ਹੀ ਮੰਗ ਡਿਮਾਂਡ ਜਿਹੜੀ ਹੈ ਦੁਨੀਆਦਾਰੀ ਦੇ ਵਿੱਚ ਵਧਣੀ ਹੈ। ਸੋ ਇਸ ਫਰੂਟ ਦੇ ਵਿੱਚ ਪਹਿਲੀ ਗੱਲ ਤਾਂ ਬਹੁਤ ਹੀ ਜ਼ਿਆਦਾ ਵਿਟਾਮਿਨ ਐਂਟੀ ਆਕਸੀਡੈਂਟ ਹੁੰਦੇ ਨੇ, ਇਹਦੀ ਕੁਆਲਿਟੀ ਹੈ ਜਿਹੜੀ ਬਹੁਤ ਜ਼ਿਆਦਾ ਬੈਸਟ ਬਣਦੀ ਹੈ। ਇੱਕ, ਅਸੀਂ ਘਰ ਇਹਨੂੰ ਤਿਆਰ ਔਰਗੈਨਿਕ ਤਰੀਕੇ ਨਾਲ ਰਹੇ ਹਾਂ, ਕੋਈ ਵੀ ਕੈਮੀਕਲ ਫਰਟੀਲਾਈਜ਼ਰ ਯੂਜ਼ ਨਹੀਂ ਕਰ ਰਹੇ। ਅਤੇ ਜਿਹੜਾ ਹੁਣ ਮੰਡੀਆਂ ਦੇ ਵਿੱਚ ਆ ਰਿਹਾ ਸਾਰੇ ਪੰਜਾਬ ਦੇ ਵਿੱਚ ਫਰੂਟ, ਉਹ ਸਾਰਾ ਦਿੱਲੀ ਤੋਂ ਆ ਰਿਹਾ, ਅਤੇ ਦਿੱਲੀ 250-250 ਰੁਪਏ ਦਾ ਰੇਟ ਹੈ ਇਹਦਾ ਹੋਲਸੇਲ ਦਾ, ਅਤੇ ਰਿਟੇਲ ਇੱਥੇ 300 ਰੁਪਏ ਕਿਲੋ ਅਤੇ 400 ਰੁਪਏ ਕਿਲੋ, 700 ਰੁਪਏ ਕਿਲੋ ਤੱਕ ਵੀ ਪੰਜਾਬ ਦੇ ਵਿੱਚ ਸੇਲ ਹੋਇਆ ਹੈ। ਠੀਕ ਹੈ ਜੀ, ਅਤੇ ਸਾਰੀਆਂ ਮੰਡੀਆਂ ਦੇ ਵਿੱਚ ਵਿਕਦਾ, ਅਤੇ ਮੰਡੀਕਰਨ ਦੀ ਇਹਦੀ ਕੋਈ ਸਮੱਸਿਆ ਨਹੀਂ। ਜੇਕਰ ਸਾਰਾ ਪੰਜਾਬ ਵੀ ਇਸ ਨੂੰ ਫਸਲ ਨੂੰ ਲਗਾਉਂਦਾ ਗਾ ਤਾਂ ਇਹਦੀ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਮੰਗ ਹੈ, ਅਸੀਂ ਇਹਨੂੰ ਐਕਸਪੋਰਟ ਵੀ ਕਰ ਸਕਦੇ ਹਾਂ। ਠੀਕ ਹੈ ਜੀ, ਅਗਰ ਸਾਰਾ ਪੰਜਾਬ ਵੀ ਇਹਨੂੰ ਲਗਾ ਲੇਗਾ ਤਾਂ ਵੀ ਕੋਈ ਸਮੱਸਿਆ ਨਹੀਂ ਆਉਂਦੀ। ਇਹ ਨਹੀਂ ਹੈ ਵੀ ਸਾਡਾ ਮੱਕੀ ਜਿਵੇਂ ਰੁਲ ਗਈ, ਆਲੂ ਰੁਲ ਗਏ, ਪਿਆਜ਼ ਰੁਲ ਗਏ, ਇਹ ਰੁਲਣ ਵਾਲੀ ਫਸਲ ਨਹੀਂ ਹੈ ਬਿਲਕੁਲ, ਕਿਸਾਨਾਂ ਨੂੰ ਇਸਦੇ ਬਾਰੇ ਨਿਸ਼ਚਿੰਤ ਰਹਿਣਾ ਚਾਹੀਦਾ। ਠੀਕ ਹੈ ਜੀ, ਬਿਲਕੁਲ, ਇਹ ਜਿਵੇਂ ਤੁਸੀਂ ਦੱਸਿਆ ਕਿ ਨਵੀਂ ਖੇਤੀ ਹੈ ਅਤੇ ਇਹਦੇ ਵਿੱਚ ਮਾਰਕੀਟਿੰਗ ਦੀ ਸਮੱਸਿਆ ਕੋਈ ਨਹੀਂ ਆਉਂਦੀ। ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਵੀਰ ਹੈ ਇਹਨਾਂ ਨੇ ਪਹਿਲੀ ਵਾਰ ਜਿਹੜੀ ਆ ਡਰੈਗਨ ਫਰੂਟ ਦੀ ਖੇਤੀ ਲਾਈ ਹੈ, ਜਿਹੜੀ ਕਿ ਬਹੁਤ ਮਾਣ ਵਾਲੀ ਗੱਲ ਹੈ। ਤਾਂ ਇਹਨਾਂ ਦੇ ਫਾਦਰ ਸਾਹਿਬ ਮੇਰੇ ਨਾਲ ਨੇ, ਹਰਬੰਤ ਸਿੰਘ ਜੀ। ਹਰਬੰਤ ਸਿੰਘ ਜੀ, ਤੁਸੀਂ ਜਿਵੇਂ ਕਿ ਸਾਨੂੰ ਦੱਸਿਆ ਕਿ ਤੁਸੀਂ ਇਸ ਦੇ ਨਾਲ ਨਾਲ ਜਿਹੜਾ ਚੰਦਨ ਦੀ ਖੇਤੀ ਵੀ ਕਰ ਰਹੇ ਹੋ ਜੀ, ਜਿਹੜੀ ਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਬਹੁਤ ਘੱਟ ਫਾਰਮਰ ਕਰ ਰਹੇ ਨੇ, ਤਾਂ ਉਸ ਚੰਦਨ ਦੀ ਖੇਤੀ ਬਾਰੇ ਸਾਨੂੰ ਜਾਣਕਾਰੀ ਦਿਓ ਜੀ। ਜਿਹੜੀ ਚੰਦਨ ਦੀ ਖੇਤੀ ਹੈ ਜੀ, ਇਹ ਇੱਕ ਬਹੁਤ ਹੀ ਲਾਹੇਵੰਦ ਆਉਣ ਵਾਲੇ ਸਮੇਂ ਲਈ ਸਿੱਧ ਹੋਵੇਗੀ, ਕਿਉਂਕਿ ਅੱਜ ਤੋਂ 10 ਸਾਲਾਂ ਬਾਅਦ ਜਿਹੜੀ ਸਾਡੀ ਪਾਣੀ ਦੀ ਪ੍ਰੋਬਲਮ ਹੈ ਉਹ ਬਹੁਤ ਜ਼ਿਆਦਾ ਵੱਧ ਜਾਣੀ ਹੈ। ਪਾਣੀ ਦੀ ਪ੍ਰੋਬਲਮ ਹੋਣ ਦੇ ਕਾਰਨ ਜਿਹੜਾ ਚੰਦਨ ਹੈਗਾ ਇਹਨੂੰ ਕੋਈ ਵੀ ਪਾਣੀ ਦੀ ਜ਼ਰੂਰਤ ਨਹੀਂ ਹੈ, ਇਹ ਕੁਦਰਤੀ ਵਾਰਸ ਤੋਂ, ਜਿਵੇਂ ਕਿ ਸਾਡੇ ਨਹਿਰਾਂ ਸੂਆਂ ਦੇ ਉੱਤੇ ਦਰਖਤ ਖੜ੍ਹੇ ਹੈਗੇ, ਜੰਗਲਾਂ ਦੇ ਵਿੱਚ ਖੜ੍ਹੇ ਹੈਗੇ, ਉਹਨਾਂ ਨੂੰ ਕੋਈ ਪਾਣੀ ਨਹੀਂ ਲਾਉਂਦਾ। ਸਭ ਤੋਂ ਵੱਡੀ ਗੱਲ ਤਾਂ ਇਹਨੂੰ ਪਾਣੀ ਦੀ ਕੋਈ ਜ਼ਰੂਰਤ ਨਹੀਂ। ਦੂਸਰੀ, ਇਹ ਜਿਹੜਾ ਵਾਤਾਵਰਨ ਹੈ ਉਹਨੂੰ ਬਹੁਤ ਸ਼ੁੱਧ ਕਰੇਗਾ, ਹੱਦੋਂ ਵੱਧ ਇਹ ਆਕਸੀਜਨ ਦੇਵੇਗਾ। ਉਸ ਤੋਂ ਬਾਅਦ ਜੋ ਇਹਨੇ ਆਰਥਿਕ ਪੱਖ ਤੋਂ ਜ਼ਿਮੀਂਦਾਰ ਦੀ ਸਹਾਇਤਾ ਕਰਨੀ ਹੈ, ਇਹਨੇ ਲੱਖਾਂ ਰੁਪਇਆਂ ਦਾ ਹੋ ਜਾਣਾ 15 ਸਾਲ ਬਾਅਦ, ਜੋ ਕਿ ਕਿਸਾਨ ਬਿਲਕੁਲ ਖੁਸ਼ਹਾਲ ਹੋ ਜਾਏਗਾ, ਖੁਦਕੁਸ਼ੀਆਂ ਤੋਂ ਵੀ ਉਹ ਦੂਰ ਹੋ ਜਾਏਗਾ, ਉਹਨੂੰ ਕਿਸੇ ਹੋਰ ਦੀ ਵੀ ਦੂਸਰੇ ਦੀ ਜ਼ਿਆਦਾ ਸਹਾਇਤਾ ਲੈਣ ਦੀ ਲੋੜ ਨਹੀਂ ਪੈਣੀ। ਮੈਂ ਇੱਕ ਇਸ
ਗੱਲ ਨੂੰ ਦੱਸਣਾ ਚਾਹੁੰਦਾ ਕਿ ਜੋ ਵੀ ਅੱਜ ਬੱਚਾ ਜਨਮ ਲੈਂਦਾ ਜਾਂ ਉਹਦਾ ਜਨਮ ਦਿਨ ਹੈ, ਜੇ ਉਸਦੇ ਪ੍ਰਤੀ ਅਸੀਂ 10 ਬੂਟੇ ਵੀ ਲਾ ਦਈਏ ਜਨਮ ਦਿਨ ਦੇ ਉੱਤੇ, ਜਦੋਂ ਬੱਚੇ ਨੇ ਵਿਆਹੁਣ ਯੋਗ ਹੋਣਾ ਹੈ, ਉਹ ਘੱਟੋ ਘੱਟ 20-25 ਲੱਖ ਦੇ ਜਿਹੜੇ ਬੂਟੇ ਆ, ਜਿਹੜੇ 10 ਉਹ ਹੋ ਜਾਣੇਗੇ ਅਤੇ ਉਹਨੂੰ ਕੋਈ ਵਿਆਹੁਣ ਦੀ ਸਮੱਸਿਆ ਨਹੀਂ ਆਏਗੀ। ਉਸ ਤੋਂ ਉਪਰੰਤ ਇੱਕ ਹੋਰ ਗੱਲ ਹੈ, ਜਿਹੜਾ ਅੱਜ ਬੱਚਾ ਜਨਮ ਲੈਂਦਾ 5 ਸਾਲਾਂ ਬਾਅਦ ਉਹ ਪੜ੍ਹਨ ਲੱਗਦਾ, 5 ਸਾਲਾਂ ਬਾਅਦ ਇਹਦਾ ਸੀਗੜਾ ਆਉਣਾ ਸ਼ੁਰੂ ਹੋ ਜਾਂਦਾ, ਜੋ ਕਿ 1000 ਰੁਪਏ ਕਿਲੋ ਦੇ ਤਕਰੀਬਨ ਵਿਕਦਾ ਗਾ, ਉਹਦੀ ਜਿਹੜੀ ਪੜ੍ਹਾਈ ਦੀ ਸਮੱਸਿਆ ਜਿਹੜੀ ਬੱਚੇ ਦੀ, ਇਹ ਵੀ ਇਹ ਕਵਰ ਕਰੇਗਾ। ਇਸ ਲਈ ਮਾਂ ਪਿਓ ਨੂੰ ਇਹ ਰਹਿਤ ਕਰ ਦੇਵੇਗਾ, ਉਹਦੇ ਉੱਤੇ ਕੋਈ ਬੋਝ ਨਹੀਂ ਹੋਵੇਗਾ ਬੱਚੇ ਦਾ ਜਾਂ ਪੜ੍ਹਾਉਣ ਦਾ ਜਾਂ ਵਿਆਹ ਕਰਨ ਦਾ। ਇਸ ਲਈ ਇਹ ਵੀ ਇੱਕ ਆਉਣ ਵਾਲੇ ਸਮੇਂ ਲਈ ਮੇਰੇ ਹਿਸਾਬ ਮੁਤਾਬਕ ਵੀ ਬਹੁਤ ਹੀ ਬੈਨੀਫਿਟ ਅਤੇ ਲਾਹੇਵੰਦ ਇਹ ਜਿਹੜੀ ਖੇਤੀ ਹੈ ਚੰਦਨ ਦੀ, ਇਹ ਕਿਸਾਨਾਂ ਵਾਸਤੇ ਸਿੱਧ ਹੋਵੇਗੀ ਅਤੇ ਵਾਤਾਵਰਨ ਵਾਸਤੇ। ਕਿਹੜੇ ਏਰੀਏ ਦੇ ਵਿੱਚ ਜਾਂ ਕਿ ਕਿਸੇ ਵੀ ਏਰੀਏ ਦੇ ਵਿੱਚ ਇਹ ਕੀਤੀ ਜਾ ਸਕਦੀ ਹੈ ਜੀ? ਜਿੱਥੇ ਕਿ ਦਸੂਹੇ ਦੇ ਨੇੜੇ ਗੌਰਮੈਂਟ ਫਾਰਮਿੰਗ ਦੇ ਵਿੱਚ ਲੱਗੇ ਹੋਏ 10-15 ਏਕੜ ਜਿਹਨੂੰ ਅਸੀਂ ਦੇਖ ਕੇ ਲਗਾਇਆ ਗਏ, ਬਿਲਕੁਲ ਉਹ ਰੇਤਲੀ ਜ਼ਮੀਨ ਹੈ ਅਤੇ ਬਰੇਤੀ ਵਾਲੀ ਜ਼ਮੀਨ ਹੈ, ਪੱਥਰ ਵਾਲੀ ਜ਼ਮੀਨ ਹੈ। ਉਹਦੇ ਵਿੱਚ ਬਹੁਤ ਹੀ ਵਧੀਆ ਬੂਟੇ ਨੇ ਜਿਹੜੇ 4-5 ਸਾਲ ਦੇ 5-5 ਫੁੱਟ ਦੇ ਜਿਹੜੇ ਗਰੋਥ ਹੈ ਉਹ ਕਰੀ ਖੜ੍ਹੇ ਨੇ ਪਟਿਆਲੇ, ਅਤੇ ਪਟਿਆਲੇ ਵੀ ਉਸ ਰੇਂਜ ਦੇ ਵਿੱਚ ਕਿਸੇ ਅਫਸਰ ਨੇ 25-30 ਸਾਲ ਤੋਂ ਪਹਿਲਾਂ ਲਗਾਏ ਸੀ, ਉਹ ਵੀ ਅੱਜ ਦੇ ਟਾਈਮ ਦੇ ਵਿੱਚ ਇੱਕ ਬੂਟਾ ਜਿਹੜਾ 5 ਲੱਖ ਤੋਂ ਲੈ ਕੇ 10 ਲੱਖ ਤੱਕ ਉਹ ਖੜ੍ਹਾ ਹੈਗਾ, ਅਵੇਲੇਬਲ ਹੈ ਇਸ ਟਾਈਮ ਪੰਜਾਬ ਦੀ ਧਰਤੀ ਦੇ ਉੱਤੇ ਪਟਿਆਲੇ ਦੇ ਵਿੱਚ। ਅਤੇ ਜਿਹੜੀ ਉਹਦੀ ਸਰਚ ਕੀਤੀ ਗਈ ਉਹਦੇ ਵਿੱਚੋਂ ਗੁੱਦਾ ਲਿੱਤਾ ਗਿਆ, ਆਪਣੇ ਬੰਗਲੌਰ ਵਾਲਿਆਂ ਲੈ ਕੇ ਗਏ, 90% ਉਹਨੂੰ ਓਕੇ ਦਿੱਤਾ ਉਹਦਾ ਸਰਟੀਫਿਕੇਟ। ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਕ ਕਹਿਣਾ ਕਿ ਜਿਹੜੀ ਖੇਤੀ ਹੈ ਚੰਦਨ ਦੀ ਉਹ ਇੱਕ ਵਰਦਾਨ ਸਿੱਧ ਹੋਵੇਗੀ, ਪਾਣੀ ਪੱਖੋਂ ਵੀ, ਆਰਥਿਕ ਪੱਖੋਂ ਵੀ, ਅਤੇ ਸਾਡੇ ਪੌਣ ਪਾਣੀ ਦੇ ਵਿੱਚ ਵੀ, ਵਾਤਾਵਰਨ ਦੇ ਵਿੱਚ ਵੀ ਇਹ ਇੱਕ ਵਰਦਾਨ ਸਿੱਧ ਹੋਵੇਗੀ। ਇਹਦੀ ਸਾਂਭ ਸੰਭਾਲ ਅਤੇ ਇਹਦੀ ਕੀ ਰੱਖ ਰਖਾਵ ਦਾ ਕੀ ਹੈਗਾ ਜੀ? ਇਹਦੀ ਜਿਹੜੀ ਸਾਂਭ ਸੰਭਾਲ ਹੈ ਇਹਦੇ ਉੱਤੇ ਕੋਈ ਖਰਚਾ ਨਹੀਂ ਹੈਗਾ, ਸਾਂਭ ਸੰਭਾਲ ਦੇ ਉੱਤੇ ਇੱਕ ਵਾਰੀ ਲਗਾ ਦਿਓ, ਇਹਨੂੰ ਕੋਈ ਗੁੱਡਣ ਦੀ ਵੀ ਜ਼ਰੂਰਤ ਨਹੀਂ, ਇਹਨੂੰ ਪਾਣੀ ਦੇਣ ਦੀ ਵੀ ਜ਼ਰੂਰਤ ਨਹੀਂ, ਬਸ ਇਹਦੀ ਦੇਖ ਰੇਖ ਆ ਜਿਹੜੀ ਕੋਈ ਪਸ਼ੂ ਨੇ ਜਾਂ ਕੋਈ ਹੋਰ ਨੇ ਵੀ ਉਹ ਉਹਨੂੰ ਆ ਕੇ ਖਰਾਬ ਨਾ ਕਰਨਾ, ਬਸ ਗੇੜਾ ਮਾਰ ਲਓ, ਬਸ ਇੰਨੀ ਕੁ ਸਾਂਭ ਸੰਭਾਲ ਹੈ ਔਰ ਬਾਕੀ ਪਰਮਾਤਮਾ ਦੀ ਹੈ। ਬਾਕੀ ਗੌਰਮੈਂਟ ਨੇ ਇਹਦੇ ਉੱਤੇ ਹੋਰ ਵੀ 2 ਸਟੇਟਾਂ ਨੇ ਜਿਹੜੀਆਂ ਗੌਰਮੈਂਟ ਨੇ ਇਹਨੂੰ ਖਰੀਦ ਰਹੀ ਹੈ, ਆਪਣੀ ਵੀ ਗੌਰਮੈਂਟ ਲਗਾ ਰਹੀ ਹੈ, ਅਤੇ ਇਹਨੂੰ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਸ ਮਾਧਮਰਾਂ ਵੀ ਕਹਿਣਾ ਚਾਹੁੰਦਾ ਗੌਰਮੈਂਟ ਨੂੰ ਕਿ ਇਸ ਦਾ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਵੱਧ ਤੋਂ ਵੱਧ ਬੂਟੇ ਦਿੱਤੇ ਜਾਣ ਅਤੇ ਇਸ ਦਾ ਵਿਕਣ ਦਾ ਵੀ ਆਉਣ ਵਾਲੇ 15 ਸਾਲਾਂ ਦੇ ਵਿੱਚ ਜਾਂ 20 ਸਾਲਾਂ ਦੇ ਵਿੱਚ ਇੰਤਜ਼ਾਮ ਕੀਤਾ ਜਾਵੇ। ਠੀਕ ਸਤਨਾਮ ਜੀ, ਜਿਵੇਂ ਅੱਜ ਦੇ ਕਿਸਾਨ ਜਿਹੜੇ ਉਹ ਰਵਾਇਤੀ ਦੇ ਫਸਲੀ ਚੱਕਰ ਦੇ ਵਿੱਚ ਉਲਝੇ ਹੋਏ ਆ, ਠੀਕ ਹੈ, ਕਿਸੇ ਨੂੰ ਕੋਈ ਕਣਕ ਝੋਨੇ ਤੋਂ ਬਿਨਾਂ ਕੋਈ ਵਿਹਲ ਨਹੀਂ ਮਿਲਦੀ, ਪਰ ਫਿਰ ਵੀ ਤੁਸੀਂ ਇਹਦੇ ਕੁਛ ਨਵਾਂ ਕਰਨ ਦੀ ਸੋਚਣ ਦੇ ਨਾਲ ਨਾਲ ਕਿਵੇਂ ਕੇਸਰ ਦੀ ਖੇਤੀ ਦਾ ਜਿਹੜਾ ਆਈਡੀਆ ਉਹ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਜੀ? ਦੇਖੋ ਜੀ, ਲੋੜ ਕਾਢ ਦੀ ਮਾਂ ਹੈ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜ਼ਰੂਰਤ ਹੈ ਉਹ ਸਾਨੂੰ ਇਹਨਾਂ ਖੇਤੀਆਂ ਦੀ ਜ਼ਰੂਰ ਪੈਣੀ ਹੈ, ਕਿਉਂਕਿ ਅਸੀਂ ਕਣਕ ਝੋਨੇ 'ਤੇ ਡਿਪੈਂਡੈਂਟ ਨਹੀਂ ਰਹਿ ਸਕਦੇ। ਅੱਜ ਤੋਂ 50 ਸਾਲ ਪਿੱਛੇ ਚਲੇ ਜਾਓ, ਜੇ ਅਸੀਂ ਉਹੀ ਸਾਈਕਲ ਲਈ ਫਿਰਦੇ ਖੇਤਾਂ ਦੇ ਵਿੱਚ ਤਾਂ ਕੀ ਅਸੀਂ ਆਪਣੇ ਖੇਤ ਵਾਹ ਲੈਂਦੇ? ਕੀ ਅਸੀਂ ਬਲਦਾਂ ਨਾਲ ਆਪਣੇ ਖੇਤ ਵਾਹ ਲੈਂਦੇ? ਤਾਂ ਟਰੈਕਟਰ ਤਾਂ ਸਾਨੂੰ ਲਿਆਉਣੇ ਪੈਣੇ ਸੀ। ਸੋ ਸਮੇਂ ਦੇ ਨਾਲ ਰਲਣ ਵਾਸਤੇ ਤਾਂ ਸਾਨੂੰ ਖੇਤੀ ਦਾ ਬਦਲ ਤਾਂ ਲੱਭਣਾ ਹੀ ਪੈਣਾ। ਅਸੀਂ ਕਿੰਨਾ ਕੁ ਚਿਰ ਸਰਕਾਰ ਨੂੰ ਕੋਸੀ ਜਾਵਾਂਗੇ, ਕਿਸੇ ਨੂੰ ਹੋਰ ਨੂੰ ਕੋਸੀ ਜਾਵਾਂਗੇ, ਕਿਸੇ ਹੋਰ ਦੇ ਹੱਥਾਂ ਵੱਲ ਦੇਖੀ ਜਾਵਾਂਗੇ? ਅਤੇ ਆਪਾਂ ਨੂੰ ਥੋੜ੍ਹੀ ਜਿਹੀ ਹਿੰਮਤ ਦਿਖਾਉਣੀ ਪੈਣੀ ਹੈ, ਤਾਂ ਹੀ ਸਾਡਾ ਕਿਸਾਨ ਜਿਹੜਾ ਖੁਸ਼ਹਾਲ ਹੋ ਸਕਦਾ। ਅਤੇ ਇਹਦੇ ਨਾਲ ਨਾਲ ਤੁਸੀਂ ਅੱਗੇ ਤੁਹਾਡਾ ਭਵਿੱਖ ਦਾ ਹੋਰ ਕੀ ਪਲਾਨ ਆ, ਅੱਗੇ ਕੀ ਨਵਾਂ ਸੋਚ ਰਹੇ ਹੋ ਜੀ? 1-2 ਪਲਾਨ ਹੈਗੇ ਨੇ ਜਿਹੜੇ, ਉਹ ਇੱਕ ਤਾਂ ਹੈ ਔਰਗੈਨਿਕ ਖੇਤੀ ਹੀ ਸਾਰੀ ਕਰਨੀ ਹੈ, ਸਾਰੀ ਔਰਗੈਨਿਕ ਖੇਤੀ ਕੀਤੀ ਜਾਵੇ, ਕੁਦਰਤੀ ਖੇਤੀ ਕੀਤੀ ਜਾਵੇ, ਤਾਂ ਸਾਡਾ ਵਾਤਾਵਰਨ ਸੁਧਰ ਰਹੇ, ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਜਿਹੇ ਜੀ ਸਾਡੇ ਬਜ਼ੁਰਗ ਸਾਡੇ ਲਈ ਮਿੱਟੀ ਛੱਡ ਕੇ ਗਏ ਨੇ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਉਹੀ ਮਿੱਟੀ ਛੱਡ ਕੇ ਇੱਥੋਂ ਚਲੇ ਜਾਈਏ, ਉਸ ਨੂੰ ਖਰਾਬ ਨਾ ਕਰਕੇ ਜਾਈਏ। ਅਤੇ ਔਰਗੈਨਿਕ ਖੇਤੀ ਕਰਾਂਗੇ, ਸਾਡੇ ਸਰੀਰ ਵੀ ਤੰਦਰੁਸਤ ਰਹੂਗਾ ਅਤੇ ਦਿਮਾਗ ਵੀ ਤੰਦਰੁਸਤ ਰਹੂਗਾ, ਆਉਣ ਵਾਲੀਆਂ ਪੀੜ੍ਹੀਆਂ ਵੀ ਤੰਦਰੁਸਤ ਰਹਿਣਗੀਆਂ। ਨਹੀਂ ਤਾਂ ਫਿਰ ਜਿਹੜੇ ਵੱਡੇ ਵੱਡੇ ਹੋਸਪਿਟਲ ਨੇ ਉਹਨਾਂ ਦੇ ਚੱਕਰ ਖਾ ਕੇ ਇਹਨਾਂ 'ਚ ਉਲਝੇ ਰਹਾਂਗੇ। ਬਿਲਕੁਲ, ਤੁਹਾਡੀ ਬਿਲਕੁਲ ਸੋਚ ਜਿਹੜੀ ਬਿਲਕੁਲ ਸਹੀ ਹੈ ਜੀ, ਕਿਉਂਕਿ ਜਿਹੜਾ ਆਪਣੀਆਂ ਜਿਹੜੀਆਂ ਕੈਂਸਰ ਵਰਗੀਆਂ ਬਿਮਾਰੀਆਂ ਸਿਰਫ ਉਹ ਆਪਣੀ ਇਹਨਾਂ ਸਪਰੇਆਂ ਦੀ ਦੇਣ ਕਰਕੇ ਹੈ ਜਿਹੜੀਆਂ ਆਪਾਂ ਲਗਾਤਾਰ ਯੂਜ਼ ਕਰ ਰਹੇ ਹਾਂ ਜੀ। ਅਤੇ ਹੋਰ ਜਿਹੜੇ ਕਿਸਾਨ ਵੀਰ ਆ ਉਹਨਾਂ ਨੂੰ ਤੁਸੀਂ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਜਿਹੜੀ ਆਪਣੀ ਖੇਤੀ ਨੂੰ ਆਪਦਾ ਇੱਕ ਲਾਹੇਵੰਦ ਕਿੱਤਾ ਸਾਬਿਤ ਕਰ ਸਕਣ? ਖੇਤੀ ਜ਼ਰੂਰ ਇੱਕ ਲਾਹੇਵੰਦ ਕਿੱਤਾ ਜੀ, ਜੇਕਰ ਇਸ ਨੂੰ ਢੰਗ ਨਾਲ ਤਰੀਕੇ ਨਾਲ ਕੀਤਾ ਜਾਵੇ,
ਸਾਰਾ ਪੰਜਾਬ ਦੀ ਜਿਹੜੀ ਆਰਥਿਕ ਹੈ ਜਿਹੜੀ ਖੜ੍ਹੀ ਆ ਅੱਜ ਉਹ ਸਾਰੀ ਖੇਤੀਬਾੜੀ ਦੇ ਸਿਰ 'ਤੇ ਖੜ੍ਹੀ ਹੈ। ਇਸ ਤੋਂ ਕੋਈ ਵੀ ਅਣਜਾਣ ਨਹੀਂ ਹੈ, ਪਰ ਇਸ ਨੂੰ ਥੋੜ੍ਹਾ ਜਿਹਾ ਬਦਲਣ ਦੀ ਲੋੜ ਹੈ। ਅਗਰ ਛੋਟੇ ਤੋਂ ਛੋਟਾ 2 ਏਕੜ 4 ਏਕੜ ਵਾਲਾ ਕਿਸਾਨ ਵੀ ਹੈ ਤਾਂ ਉਹ ਕੁਛ ਨਾ ਕੁਛ ਹਾਰਟੀਕਲਚਰ ਦੇ ਵਿੱਚ ਆਪਣੀ ਜ਼ਮੀਨ ਨੂੰ ਜ਼ਰੂਰ ਬਦਲੇ। ਜੇ ਨਹੀਂ ਵਾਲਾ ਅੱਧਾ ਕਿੱਲਾ ਜ਼ਰੂਰ ਲਾਵੇ, ਅਤੇ ਅੱਧਾ ਕਿੱਲਾ ਲਗਾਏਗਾ, ਜਿਸ ਦਿਨ ਉਹਦਾ ਅੱਧਾ ਕਿੱਲਾ ਆਮਦਨ ਦੇਣ ਲੱਗ ਗਿਆ ਤਾਂ ਉਹ 1 ਕਿੱਲਾ ਲਗਾ ਲਏ। ਇਸ ਤਰ੍ਹਾਂ ਕਰਕੇ ਅੱਗੇ ਅੱਗੇ ਵਧਾਈ ਚੱਲੇ। ਪਰ ਇਹ ਜ਼ਰੂਰੀ ਨਹੀਂ ਹੈ ਵੀ ਅਸੀਂ ਇਕੱਠੇ ਹੀ ਸਾਰਾ ਕੁਛ ਕਰਨਾ, ਹੌਲੀ ਹੌਲੀ। ਮੇਰੇ ਇਹੀ ਪਲੈਨਿੰਗ ਹੈ ਵੀ ਹੌਲੀ ਹੌਲੀ ਬਾਗ ਨੂੰ ਵਧਾਇਆ ਜਾਵੇ, ਚੰਦਨ ਦੇ ਬਾਗ ਨੂੰ ਵਧਾਇਆ ਜਾਵੇ, ਲੈਮਨ ਦੇ ਬਾਗ ਨੂੰ ਵਧਾਇਆ ਜਾਵੇ, ਅਤੇ ਡਰੈਗਨ ਫਰੂਟ ਦੇ ਬਾਗ ਨੂੰ ਵਧਾਇਆ ਜਾਵੇ। ਇਹ ਸਾਰਾ ਸਟੈਪ ਬਾਈ ਸਟੈਪ ਪ੍ਰੋਸੈਸ ਹੋ ਸਕਦਾ, ਬਿਲਕੁਲ ਪੋਸੀਬਲ। ਹਰਬੰਤ ਜੀ, ਤੁਸੀਂ ਆਪਦੇ ਖੇਤੀ ਤਜਰਬੇ ਦੇ ਅਨੁਸਾਰ ਕੀ ਜਿਹੜੇ ਹੋਰ ਕਿਸਾਨ ਵੀਰ ਆ ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ? ਵੈਸੇ ਤਾਂ ਸਾਰਾ ਕਿਸਾਨ ਜਾਗਰੂਕ ਹੋ ਚੁੱਕਿਆ ਵੀ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈਗਾ ਉਹ ਖਤਰੇ ਵੱਲ ਹੀ ਜਾ ਰਿਹਾ ਹੈਗਾ, ਕਿਉਂਕਿ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਉਣ ਵਾਲੇ 10 ਸਾਲਾਂ ਵਿੱਚ ਪਾਣੀ ਦੀ ਹੋ ਜਾਣੀ ਹੈ। ਖੇਤੀ ਵਾਸਤੇ ਤਾਂ ਕਿੱਥੇ ਪੀਣ ਵਾਸਤੇ ਵੀ ਪਾਣੀ ਸਾਨੂੰ ਉਪਲਬਧ ਨਹੀਂ ਹੋਣਾ। ਇਸ ਲਈ ਸਾਨੂੰ ਜੋ ਵੀ ਕਿਸਾਨ ਨੇ ਜਾਂ ਆਪਣੀ ਖੇਤੀਬਾੜੀ ਨੇ ਖੇਤੀਬਾੜੀ ਵਾਲੇ ਨੇ ਜਾਂ ਕੋਈ ਹੋਰ ਚਿੰਤਤ ਨੇ ਇਸ ਵਿਸ਼ੇ ਦੇ ਉੱਤੇ, ਉਹਨਾਂ ਦੇ ਨਾਲ ਆਪਾਂ ਮੋਢੇ ਦੇ ਨਾਲ ਮੋਢਾ ਲਾ ਕੇ ਤੁਰੀਏ, ਵਾਤਾਵਰਨ ਨੂੰ ਵੀ, ਖੇਤੀ ਨੂੰ ਵੀ, ਪਾਣੀ ਨੂੰ ਵੀ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੀ ਅਸੀਂ ਰਲ ਮਿਲ ਕੇ ਹੰਭਲਾ ਮਾਰੀਏ, ਬਚਾ ਸਕੀਏ। ਇਹੀ ਮੈਂ ਪਰਮਾਤਮਾ ਅੱਗੇ ਅਰਦਾਸ ਉੱਤੇ ਬੇਨਤੀ ਕਰਦਾ ਅਤੇ ਟੀਮ ਦਾ ਵੀ ਮੈਂ ਧੰਨਵਾਦ ਕਰਦਾ ਜੋ ਕਿ ਆਪਣੀ ਖੇਤੀ ਸਾਡੇ ਖੇਤ ਪਹੁੰਚੇ ਨੇ ਅਤੇ ਜਾਣਕਾਰੀ ਉਹਨਾਂ ਨੇ ਸਾਨੂੰ ਬਹੁਤ ਦਿੱਤੀ ਹੈ ਅਤੇ ਸਾਤੋਂ ਵੀ ਲਿੱਤੀ ਹੈ, ਅਤੇ ਅੱਗੇ ਵੀ ਹੋਰ ਇਸ ਨੂੰ ਸੁਣ ਕੇ ਜਾਣਕਾਰੀ ਮੁਹੱਈਆ ਕਰਕੇ ਜਿਹੜਾ ਪੰਜਾਬ ਦਾ ਕਿਸਾਨ ਹੈ ਇਸ ਪਾਸੇ ਆਵੇ। ਉਹਨੂੰ ਡਰਨ ਦੀ ਜ਼ਰੂਰਤ ਨਹੀਂ, ਉਹਨੂੰ ਕੋਈ ਸੋਚਣ ਦੀ ਵੀ ਜ਼ਿਆਦਾ ਜ਼ਰੂਰਤ ਨਹੀਂ ਸਾਡਾ ਕਿ ਭਵਿੱਖ ਹੋਏਗਾ। ਥੋੜ੍ਹਾ ਜਿਹਾ ਅਸੀਂ ਹੰਭਲਾ ਮਾਰੀਏ ਤਾਂ ਅਸੀਂ ਫਿਰ ਕਿਸਾਨੀ ਨੂੰ ਅਤੇ ਪੰਜਾਬ ਦੇ ਵਾਤਾਵਰਨ ਨੂੰ ਅਤੇ ਪਾਣੀ ਨੂੰ ਬੜੇ ਚੰਗੇ ਤਰੀਕੇ ਨਾਲ ਬਚਾ ਸਕਦੇ ਹਾਂ, ਇਹ ਮੈਨੂੰ ਉਮੀਦ ਹੈ। ਤਾਂ ਮੈਂ ਸਤਨਾਮ ਸਿੰਘ ਜੀ ਅਤੇ ਹਰਬੰਤ ਸਿੰਘ ਜੀ ਦਾ ਧੰਨਵਾਦ ਕਰੂੰਗਾ ਕਿ ਜਿਹੜੀ ਉਹਨਾਂ ਨੇ ਆਪਦੀ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ। ਅਤੇ ਖੇਤੀਬਾੜੀ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਆਪਣੀ ਖੇਤੀ ਦੇ ਨਾਲ। ਧੰਨਵਾਦ।